ਬੁੱਲ ਵੇਖ ਸੜ ਕੇ ਸਵਾਹ ਹੋਏ ਆ, ਤੂੰ ਤਾਂ ਬੀੜੀਆਂ ਪੀ ਪੀ ਆਪਣੇ ਬੁੱਲ ਸਾੜ ਛੱਡੇ ਆ। ਉਹ ਬੀੜੀਆਂ ਪੀ ਪੀ ਬੁੱਲ ਕਾਲੇ ਦਾ ਬੀੜੀ ਨਹੀਂ ਹੁੰਦੀ, ਥੱਪੜ ਮਾਰੂ ਕੰਨ ਤੇ। ਪਰ ਬੋਲਿਆ ਤਾਂ ਕਿ ਤੂੰ ਕਤੀੜੇ ਬੋਲੀ ਅੱਜ, ਠੀਕ ਹੈ ਨਾ, ਕੜੂਚੂ ਆ ਜਿਹਾ। ਕਦੇ ਜੈਸਮੀਨ ਨੂੰ ਮਾੜਾ ਕਹਿਤਾ, ਕਦੇ ਜੱਸੀ ਬਾਈ ਨੂੰ, ਕਦੇ ਸਿੱਧੂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪਿਛਲੇ ਕਈ ਦਿਨਾਂ ਤੋਂ ਰੰਮੀ ਰੰਧਾਵਾ ਅਤੇ ਐਲੀ ਮੰਗਟ ਦਾ ਮੁੱਦਾ ਅਜੇ ਠੰਡਾ ਨਹੀਂ ਸੀ ਹੋਇਆ ਕਿ ਹੁਣ ਵੱਡਾ ਗਰੇਵਾਲ ਅਤੇ ਪ੍ਰਿੰਸ ਰੰਧਾਵਾ ਆਪਸ ਵਿੱਚ ਇੱਕ ਦੂਸਰੇ ਨੂੰ ਰਿਪਲਾਈ ਕਰਨ ਲੱਗੇ। ਇਹ ਮਾਮਲਾ ਕਾਫੀ ਭਖਦਾ ਦਿਖਾਈ ਦੇ ਰਿਹਾ ਹੈ, ਆਓ ਦੇਖਦੇ ਹਾਂ ਪੂਰੀ ਵੀਡੀਓ। ਇੱਕ ਵਿੱਚ ਹੋਰ ਚੂਚਾ ਜਿਹਾ ਬੋਲਿਆ ਅੱਜ ਵੱਡਾ ਗਰੇਵਾਲ। ਮੇਰੇ ਵੀਰ, ਆਪਣੀ ਪਹਿਲਾਂ ਸ਼ਕਲ ਵੇਖ, ਤੂੰ ਕੀ ਲੱਗਦਾ, ਇਹਨਾਂ ਕਿਤੇ ਸਟੇਸ਼ਨ 'ਤੇ ਪਾਉਣ ਦੀ ਰੇੜੀ ਲਾ ਦੀ ਆ ਅਤੇ ਬਹੁਤ ਚੱਲਣੀ ਹੈ, ਇਸ ਕਰਕੇ ਆਪਣੀ ਔਕਾਤ ਵੇਖ ਕੇ ਬੋਲੀਦਾ, ਠੀਕ ਹੈ। ਆਪਣੇ ਬੁੱਲ ਵੇਖ ਸੜ ਕੇ ਸਵਾਹ ਹੋਏ ਆ, ਤੂੰ ਤਾਂ ਬੀੜੀਆਂ ਪੀ ਪੀ ਆਪਣੇ ਬੁੱਲ ਸਾੜ ਛੱਡੇ ਆ, ਇਸ ਕਰਕੇ ਜਿਹੜੀ ਵੀ ਗੱਲ ਕਰਨੀ ਆ ਜਿਹੜੇ ਪੁੱਠੇ ਸਿੱਧੇ ਇਸ਼ਾਰੇ ਕਰਦੇ ਹੋ, ਮੈਂ ਉਹ ਇਸ਼ਾਰਾ ਕਰ ਵੀ ਨਹੀਂ ਸਕਦਾ ਕਿਉਂਕਿ ਸਾਡੇ ਘਰ ਧੀਆਂ ਭੈਣਾਂ ਆ ਗਈਆਂ ਨੇ, ਸਾਨੂੰ ਪਤਾ ਆ। ਉਹ ਬੀੜੀਆਂ ਪੀ ਪੀ ਬੁੱਲ ਕਾਲੇ ਦਾ ਬੀੜੀ ਨਹੀਂ ਹੁੰਦੀ, ਥੱਪੜ ਮਾਰੂ ਕੰਨ 'ਤੇ ਜੇ। ਅੱਜ ਤੋਂ ਬਾਅਦ ਬੀੜੀ ਪੀਣ ਨੂੰ ਕਿਹਾ ਜਾਂ ਮੈਨੂੰ ਐਂ ਕਿਹਾ ਵੀ ਬੀੜੀ ਪੀਨਾ ਮੈਂ, ਕੰਨ 'ਤੇ ਛੱਡੂ ਮੈਂ ਲੱਪੜ ਸਾਲੇ ਦੇ ਬਾਂਦਰ ਜੇ ਦੇ ਸੈਕਟ ਹੁੰਦੀ ਆ। ਉਹ ਤੂੰ ਪਹਿਲਾਂ ਬੋਲਿਆ ਕਿੰਨਾ ਕਿ ਤੇਰੇ ਮਗਰ ਐਲੀ ਮੈਗਨ ਸਟੈਂਡ ਲਿਆ ਬਈ, ਜਾਂ ਤੇਰੇ ਮਗਰ ਐਲੀ ਮੈਗਨ ਸਟੈਂਡ, ਜਾਂ ਤੂੰ ਸਟੈਂਡ ਦਿੰਦਾ ਫਿਰਦਾ, ਮੇਰੀ ਸੁਣ ਲਾ ਗੱਲ, ਜਿੱਥੇ ਹੈਗਾ ਨਾ ਬੈਠਾ ਰਹੇ। ਮੈਂ ਉਦੋਂ ਇੱਕ ਗੱਲ ਕੀਤੀ ਸੀ ਕਿ ਅਸੀਂ ਜਦੋਂ ਘਰੋਂ ਚੱਲੇ ਸੀ ਅਤੇ ਮੌਤ ਨੂੰ ਸਿਰ 'ਤੇ ਰੱਖ ਕੇ ਚੱਲੇ ਸੀ, ਚਪੇੜੇ ਵਰਗੇ ਮੂੰਹ ਵਾਲਾ ਆਪਦੀਆਂ ਸ਼ਕਲਾਂ ਦੇਖੀਆਂ ਨੇ ਕਦੇ ਸਾਲਿਓ, ਮਾੜਾ ਜਿਹਾ ਤੁਹਾਡਾ ਕੋਈ ਨਾਮ ਦਬਣ ਲੱਗਦਾ, ਕਿਸੇ ਨੂੰ ਹੱਥ ਪਾ ਲੈਂਦੇ ਹੋ, ਲੋਕਾਂ ਦੇ ਸਹਾਰੇ ਉੱਡਣ ਵਾਲੀਆਂ ਚੀਜ਼ਾਂ ਕਦੇ ਸਟੇਜ 'ਤੇ ਕਿਸੇ ਬਾਰੇ ਬੋਲ ਪਏ, ਤੁਸੀਂ ਦਾਣੇ ਲੈਣੇ ਨੇ ਕਿਸੇ ਤੋਂ, ਨਾ ਸੁਣੋ ਐਲੀ ਮੰਗਟ ਨਾਲੇ ਯੂਟਿਊਬ 'ਤੇ ਚੱਲਦਾ, ਟੀਵੀ 'ਤੇ ਥੋੜ੍ਹੇ ਚੱਲਦਾ। ਹੁਣ ਮੈਂ 11 ਤਰੀਕ ਨੂੰ ਇੰਡੀਆ ਜਾਊਂਗਾ ਅਤੇ ਇਹਨੂੰ ਮਿਲੂੰਗਾ, ਮੈਂ ਸੌਂ ਲੱਗੇ ਪਰਮਾਤਮਾ ਦੀ ਇਹਦੇ ਘਰੇ ਵੜੂੰਗਾ ਅਤੇ ਲਾਈਵ ਹੋ ਕੇ ਵੜੂੰਗਾ, ਅਤੇ ਜੇ ਨਾ ਵੜਿਆ ਤਾਂ ਯਾਰ ਮੈਂ ਅੱਜ ਤੋਂ ਬਾਅਦ ਗੀਤ ਨਹੀਂ ਕਰਦਾ। ਅਤੇ ਅਸੀਂ ਮੌਤ ਨੂੰ ਆਪਣੇ ਸਿਰ 'ਤੇ ਰੱਖ ਚੁੱਕੀ ਫਿਰਦੇ ਹਾਂ, ਬਸ ਬਾਕੀ ਆਦੀਆਂ ਗੱਲਾਂ ਨਹੀਂ ਕਰਨੀਆਂ, ਆਪਣੇ ਆਪ ਨੂੰ ਕੰਟਰੋਲ 'ਚ ਕਰ ਲਓ, ਚੰਗੇ ਰਹੋਗੇ, ਪੰਜਾਬ ਪੰਜਾਬੀ ਅਤੇ ਪੰਜਾਬੀ ਦੀ ਸੇਵਾ ਕਰੋ, ਸੱਚ ਸੁਣੋ, ਸੱਚ ਵੇਖੋ ਅਤੇ ਸੱਚ ਹੀ ਲੋਕਾਂ ਨੂੰ ਸੁਣਾਓ। ਆਪਦੀ ਮਸ਼ਹੂਰੀ ਵਾਸਤੇ ਕਲਾਕਾਰਾਂ ਨੂੰ ਮਾੜਾ ਕਹੀ ਜਾਂਦੇ ਆ, ਦੋ ਜਾਣੇ ਮੈਨੂੰ ਤਾਂ ਨਾਮ ਵੀ ਨਹੀਂ ਪਤਾ ਇਹਨਾਂ ਦਾ, ਯੂਟਿਊਬ 'ਤੇ ਮੂਹਰੇ ਪਏ ਹੁੰਦੇ ਨੇ, ਕਦੇ ਜੈਸਮੀਨ ਨੂੰ ਮਾੜਾ ਕਹਿਤਾ, ਕਦੇ ਜੱਸੀ ਬਾਈ ਨੂੰ, ਕਦੇ ਸਿੱਧੂ ਮੂਸੇਵਾਲ ਨੂੰ। ਆਹ ਹੁਣ ਇਹ ਸ਼ੋਅ ਲਾਉਣ ਚੱਲੇ ਨੇ, ਉਹੀ ਕਲਾਕਾਰਾਂ ਨਾਲ ਸ਼ੋਅ ਲਾਉਣ ਚੱਲੇ ਤੁਸੀਂ, ਅੰਮ੍ਰਿਤ ਵੀ ਆ ਅਤੇ ਸ਼ੈਰੀ ਬਾਈ ਵੀ ਆ, ਗਹਿਰੀ ਬਾਈ ਵੀ ਆ ਅਤੇ ਰਵਨੀਤ ਵੀ ਆ, ਸਾਰੇ ਨੇ, ਠੀਕ ਆ। ਉਹਨਾਂ ਬਾਰੇ ਬੁੱਟਾ ਬੋਲਦੇ, ਉਹਨਾਂ ਨਾਲ ਹੀ ਸ਼ੋਅ ਲਾਉਣ ਚੱਲੇ, ਜਾਂ ਤਾਂ ਹੁਣ ਸਟੈਂਡ ਰੱਖੋ ਵੀ, ਅਸੀਂ ਇਹ ਕਲਾਕਾਰਾਂ ਨਾਲ ਸ਼ੋਅ ਵੀ ਨਹੀਂ ਲਾਉਣੇ, ਵੀ ਜਿਹੜੇ ਮਾੜੀ ਗਾਇਕੀ ਗਾਉਂਦੇ ਆ ਅਸੀਂ ਇਹਨਾਂ ਨਾਲ ਸ਼ੋਅ ਵੀ ਨਹੀਂ ਲਾਉਣੇ, ਫਿਰ ਹੁਣ ਸ਼ੋਅ ਕਿਉਂ ਲਾਉਣ ਚੱਲੇ ਹੋ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਹੈ, ਕੌਣ ਗਲਤ ਹੈ ਅਤੇ ਤੁਸੀਂ ਕਿਸ ਦੇ ਹੱਕ ਵਿੱਚ ਹੋ। ਇਸ ਦੇ ਨਾਲ ਹੀ ਇਜਾਜ਼ਤ ਦਿਓ ਅਤੇ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪਣੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਪਾਉਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ। ਚੱਲਦੀ ਆ ਤੇਰਾ।